ਹੁਣ ਗੱਲ ਇਹ ਤੇ ਸਾਰੇ ਬੰਦੇ ਬੈਠੋ ਸਣੇ ਜਥੇਦਾਰ ਸਾਹਿਬ ਮੈਂ ਬੇਨਤੀ ਕਰਦਾ ਹਿੱਕ ਤੇ ਹੱਥ ਰੱਖ ਕੇ ਦੱਸੋ ਵੀ ਸਾਡਾ ਅਖਬਾਰ ਕਿਹੜਾ ਦੱਸੋ ਸਿੱਖ ਕੌਮ ਦਾ ਅਖਬਾਰ ਕਿਹੜਾ ਹੈ ਇੱਕ ਅਖਬਾਰ ਕੋਈ ਕਿਹੜਾ ਸਾਡਾ ਚੈਨਲ ਆ ਕੌਮ ਦਾ ਹੈ ਕੋਈ ਚੈਨਲ ਅਸੀਂ ਗੱਲਾਂ ਕਰਦੇ ਸੀ ਆਪੋ ਆਪਦੇ ਹਾਂ ਇੱਕ ਗੱਲ ਜ਼ਰੂਰ ਆ ਸਿੱਖ ਦੇ ਨਾਂ ਤੇ ਕੌਮ ਦੇ ਨਾਂ ਤੇ ਲੋਕਾਂ ਨੇ ਬਹੁਤ ਬਣਾ ਬਹੁਤ ਕੁਛ ਲਿਆ ਕਿਸੇ ਨੇ ਵੱਡੇ ਵੱਡੇ ਘਰ ਬਣਾ ਲਏ ਕਿਸੇ ਨੇ ਉੱਚੇ ਦਰ ਬਣਾ ਲਏ ਕਿਸੇ ਨੇ ਕੁਛ ਹੋਰ ਬਣਾ ਲਿਆ ਬਹੁਤ ਪੈਸਾ ਇਕੱਠਾ ਕਰ ਲਿਆ ਕੌਮ ਦੇ ਨਾਂ ਤੇ ਇਹ ਜਦੋਂ ਅਸੀਂ ਅਕਾਲੀ ਦਲ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਅਕਾਲੀ ਅਖਬਾਰ ਦੀ ਗੱਲ ਆਉਂਦੀ ਆ ਖਾਲਸਾ ਅਖਬਾਰ ਦੀ ਗੱਲ ਆਉਂਦੀ ਆ ਕਿਉਂ ਨਹੀਂ ਮਤਲਬ ਇੱਕ ਚੈਨਲ ਖੜਾ ਕਰਦੀ ਸਾਡੀ ਕੌਮ ਕਿਉਂ ਨਹੀਂ ਇੱਕ ਅਖਬਾਰ ਇੱਕ ਮੀਡੀਆ ਮੀਡੀਆ ਮਤਲਬ ਸਿੱਖ ਮੀਡੀਆ ਬੋਰਡ ਖੜਾ ਕਰੇ ਜਥੇਦਾਰ ਸਾਹਿਬ ਅੱਜ ਇੱਥੇ ਹੌਕਾ ਦੇਣ ਪੂਰੀ ਕੌਮ ਨੂੰ ਵੀ ਭਾਈ ਆਪਾਂ ਇੱਕ ਮੀਡੀਆ ਹਾਊਸ ਬਣਾਉਣਾ ਬੀਬੀਸੀ ਲੰਡਨ ਵਰਗਾ ਅਦਾਰਾ ਬਣਾ ਸਕਦੀ ਆ ਕੌਮ ਸਾਡੇ ਕੋਲ ਪੈਸੇ ਦਾ ਘੱਟ ਹੈਗਾ ਪਾਵਨ ਸਥਾਨ ਦੇ ਉੱਪਰ ਜੁੜੇ ਹੋਏ ਸਾਰੇ ਹੀ ਪੱਤਰਕਾਰ ਭਾਈਚਾਰ ਔਰ ਸਿੰਘ ਸਾਹਿਬ ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਤਾਂ ਕੋਈ ਬਹੁਤਾ ਵੱਡਾ ਪੱਤਰਕਾਰ ਨਹੀਂ ਪਰ ਮਨ ਦੇ ਵਿੱਚ ਕੁਝ ਗੱਲਾਂ ਲੈ ਕੇ ਜ਼ਰੂਰ ਆਇਆ ਸੀ ਉਹ ਚਾਹੁੰਦਾ ਸੀ ਵੀ ਮੈਂ ਇਸ ਮੰਚ ਤੇ ਕਰ ਜਾਂ ਪਰ ਮੇਰਾ ਉਹਦਾ ਨਾਂ ਨਹੀਂ ਤੇ ਇਸ ਕਰਕੇ ਮੈਨੂੰ ਮੰਗ ਕੇ ਸਮਾਂ ਲੈਣਾ ਪਿਆਗਾ ਬੇਨਤੀ ਮੇਰੀ ਇਹ ਇੱਥੇ ਸਾਰਿਆਂ ਨੇ ਆਪੋ ਆਪ ਦਾ ਦੁੱਖ ਦੱਸਿਆ ਸਾਰੇ ਪੱਤਰਕਾਰਾਂ ਨੇ ਦੁੱਖ ਦੱਸਿਆ ਕਿਸੇ ਨਾਲ ਕਿਵੇਂ ਹੋਈ ਆ ਮੇਰੇ ਨਾਲ ਵੀ ਬਹੁਤ ਕੁਝ ਹੋਇਆ ਮੈਂ ਉਹ ਨਹੀਂ ਗਿਣਨਾ ਚਾਹੁੰਦਾ ਹੈਗਾ ਸਾਡੇ ਨਾਲ ਸਾਰਿਆਂ ਨੇ ਭੁਗਤ ਭੋਗੀ ਆ ਗੱਲ ਤਾਂ ਯਾਰ ਜਦੋਂ ਇੱਥੇ ਆ ਗਈ ਕਿਉਂਕਿ ਮੈਂ ਦੇਸੀ ਜਿਹਾ ਬੰਦਾ ਦੇਸੀ ਜਾ ਕੇ ਮੇਰਾ ਕਾਲਮ ਚੱਲਦਾ ਹੁੰਦਾ ਘੁਣਤਰੀ ਕਹਿੰਦੇ ਆ ਮੈਨੂੰ ਮੈਂ ਗੱਲ ਸਿੱਧੀ ਕਰੂੰਗਾ ਗੱਲ ਇਹ ਆ ਵੀ ਜਦੋਂ ਕੌਮ ਨਾਲ ਆਹ ਕੁਛ ਹੋ ਰਿਹਾ ਅਸੀਂ ਕੀ ਚੀਜ਼ ਆ ਸਾਡੇ ਅਸੀਂ ਕੀ ਸਾਡਾ ਕੀ ਵਜੂਦ ਆ ਸਾਡੀ ਕੌਮ ਦੀ ਕਿਰਦਾਰ ਕੁਛ ਹੋ ਰਹੀ ਆ ਕੋਈ ਕਹਿੰਦਾ ਮੇਰੀ ਤਲਾਸ਼ੀ ਕਰ ਲਈ ਕੋਈ ਕਹਿੰਦਾ ਮੇਰੇ ਇਸ਼ਤਿਹਾਰ ਬੰਦ ਕਰ ਲਏ ਕੋਈ ਕਹਿੰਦਾ ਮੇਰੇ ਕਾਰਡ ਨਹੀਂ ਬਣਦਾ ਇਹ ਗੱਲਾਂ ਕਿਹੜੀਆਂ ਗੱਲਾਂ ਨੇ ਜਦੋਂ ਸਾਡੀ ਪੂਰੀ ਕੌਮ ਨੂੰ ਬੇਇੱਜ਼ਤ ਕਰਨ ਲੱਗੇ ਵਿਆ ਉਹ ਸਾਡੀ ਇੱਜ਼ਤ ਇੱਥੇ ਕਿੰਨੀ ਕੁ ਵੱਡੀ ਗੱਲ ਹੈਗੀ ਹੁਣ ਗੱਲ ਇਹ ਤੇ ਸਾਰੇ ਬੰਦੇ ਬੈਠੋ ਸਣੇ ਜਥੇਦਾਰ ਸਾਹਿਬ ਮੈਂ ਬੇਨਤੀ ਕਰਦਾ ਹਿੱਕ ਤੇ ਹੱਥ ਰੱਖ ਕੇ ਦੱਸੋ ਵੀ ਸਾਡਾ ਅਖਬਾਰ ਕਿਹੜਾ ਦੱਸੋ ਸਿੱਖ ਕੌਮ ਦਾ ਅਖਬਾਰ ਕਿਹੜਾ ਹੈ ਇੱਕ ਅਖਬਾਰ ਕੋਈ ਕਿਹੜਾ ਸਾਡਾ ਚੈਨਲ ਆ ਕੌਮ ਦਾ ਹੈ ਕੋਈ ਚੈਨਲ ਅਸੀਂ ਗੱਲਾਂ ਕਰਦੇ ਸੀ ਆਪੋ ਆਪਦੇ ਹਾਂ ਇੱਕ ਗੱਲ ਜ਼ਰੂਰ ਆ ਸਿੱਖ ਦੇ ਨਾਂ ਤੇ ਕੌਮ ਦੇ ਨਾਂ ਤੇ ਲੋਕਾਂ ਨੇ ਬਹੁਤ ਬਣਾ ਬਹੁਤ ਕੁਛ ਲਿਆ ਕਿਸੇ ਨੇ ਵੱਡੇ ਵੱਡੇ ਘਰ ਬਣਾ ਲਏ ਕਿਸੇ ਨੇ ਉੱਚੇ ਦਰ ਬਣਾ ਲਏ ਕਿਸੇ ਨੇ ਕੁਛ ਹੋਰ ਬਣਾ ਲਿਆ ਬਹੁਤ ਪੈਸਾ ਇਕੱਠਾ ਕਰ ਲਿਆ ਕੌਮ ਦੇ ਨਾਂ ਤੇ ਇਹ ਜਦੋਂ ਅਸੀਂ ਅਕਾਲੀ ਦਲ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਅਕਾਲੀ ਅਖਬਾਰ ਦੀ ਗੱਲ ਆਉਂਦੀ ਆ ਖਾਲਸਾ ਅਖਬਾਰ ਦੀ ਗੱਲ ਆਉਂਦੀ ਆ ਕਿਉਂ ਨਹੀਂ ਮਤਲਬ ਇੱਕ ਚੈਨਲ ਖੜਾ ਕਰਦੀ ਸਾਡੀ ਕੌਮ ਕਿਉਂ ਨਹੀਂ ਇੱਕ ਅਖਬਾਰ ਇੱਕ ਮੀਡੀਆ ਮੀਡੀਆ ਮਤਲਬ ਸਿੱਖ ਮੀਡੀਆ ਬੋਰਡ ਖੜਾ ਕਰੇ ਜਥੇਦਾਰ ਸਾਹਿਬ ਅੱਜ ਇੱਥੇ ਹੌਕਾ ਦੇਣ ਪੂਰੀ ਕੌਮ ਨੂੰ ਵੀ ਭਾਈ ਆਪਾਂ ਇੱਕ ਮੀਡੀਆ ਹਾਊਸ ਬਣਾਉਣਾ ਬੀਬੀਸੀ ਲੰਡਨ ਵਰਗਾ ਅਦਾਰਾ ਬਣਾ ਸਕਦੀ ਆ ਕੌਮ ਸਾਡੇ ਕੋਲ ਪੈਸੇ ਦਾ ਘੱਟ ਹੈਗਾ ਅਸੀਂ ਅੱਜ ਵੀ ਲੋਕਾਂ ਕਰੀ ਦੇਖੀ ਜਾਂਦੇ ਹਾਂ ਫਲਾਨੇ ਦਾ ਚੈਨਲ ਉਹਦਾ ਚੈਨਲ ਬਾਈ ਨੇ ਚੈਨਲ ਬਣਾ ਲਿਆ ਉਹ ਜਦੋਂ ਉਹਦੇ ਚਾਰ ਪੈਸੇ ਲੋਟ ਆ ਜਾਂਦੇ ਆ ਜਾਂ ਸਰਕਾਰ ਨਾਲ ਗਿੱਟ ਮਿੱਟ ਹੋ ਜਾਂਦੀ ਆ ਪਾਰ ਜਾਂਦਾ ਕੌਮ ਕਿੱਥੇ ਰਹਿ ਜਾਂਦੀ ਆ ਕੌਮ ਆਪਦਾ ਕਿਉਂ ਨਹੀਂ ਕੁਛ ਕਰਦੀ ਮਤਲਬ ਜਥੇਦਾਰ ਸਾਹਿਬ ਤੁਸੀਂ ਜਿਹੜੀ ਪੀਟੀਸੀ ਵਾਲੀ ਉਹ ਚੱਲਦਾ ਹੈਗਾ ਕੀਰਤਨ ਉਹਦੇ ਬਾਰੇ ਸ਼੍ਰੋਮਣੀ ਕਮੇਟੀ ਨੂੰ ਲਿਖ ਕੇ ਦਿੱਤਾ ਹੋਇਆ ਕੀ ਜਵਾਬ ਆਇਆ ਜੀ ਉਹਦਾ ਹੁਣ ਤੱਕ ਜਵਾਬ ਆਇਆ ਕੋਈ ਫਿਰ ਜਦੋਂ ਤੁਹਾਡੀ ਗੱਲ ਸ਼੍ਰੋਮਣੀ ਕਮੇਟੀ ਨਹੀਂ ਮੰਨ ਰਹੀ ਜੀ ਉਹਨਾਂ ਤੋਂ ਲਓ ਨਾ ਜਵਾਬ ਵੀ ਅਸੀਂ ਕੀਰਤਨ ਆ ਜਿਹੜਾ ਉਹ ਸਾਰਿਆਂ ਨੂੰ ਫ੍ਰੀ ਕਿਉਂ ਨਹੀਂ ਹੁੰਦਾ ਹੈ ਸੋ ਅਸੀਂ ਆਪਦਾ ਚੈਨਲ ਕਿਉਂ ਨਹੀਂ ਬਣਾ ਸਕਦੇ ਅਸੀਂ ਆਪਦਾ ਖੜਾ ਕਰੀਏ ਇਨਫਰਾਸਟ੍ਰਕਚਰ ਸਾਰਾ ਆਪਦਾ ਖੜਾ ਕਰੀਏ ਕੁਛ ਅਖਬਾਰ 'ਚ ਹੁਣ ਇੱਥੇ ਬਹੁਤ ਸਾਰੇ ਬੰਦਿਆਂ ਨੇ ਅਲਾਮੇ ਦੇ ਰਿਹਾ ਵੀ ਆਹ ਲਿਖੋ ਲਿਖੀਏ ਕਾਹਦੇ 'ਚ ਗਾਹਾਂ ਵਾਲਾ ਛਪੂਗਾ ਕਿਸੇ ਚੈਨਲ 'ਤੇ ਚੱਲੂਗੀ ਸਾਡੀ ਗੱਲ ਉਹਦਾ ਅਗਲਿਆਂ ਦਾ ਮਾਲਕਾਂ ਦੀ ਮਰਜ਼ੀ ਆ ਚਲਾਉਣ ਨਾ ਚਲਾਉਣ ਅਸੀਂ ਆਪਣਾ ਕੌਮ ਦਾ ਇੱਕ ਪਲੇਟਫਾਰਮ ਖੜਾ ਕਰੀਏ ਜਥੇਦਾਰ ਸਾਹਿਬ ਅੱਜ ਹੋਕਾ ਦਿਓ ਇੱਥੋਂ ਕੌਮ ਨੂੰ ਕਹੋ ਤੁਹਾਡੇ ਕੋਲ ਪੈਸਿਆਂ ਦੀ ਕਮੀ ਨਹੀਂ ਹੈ ਕੌਮ ਕੋਲ ਕੌਮ ਤਾਂ ਸੈਟੇਲਾਈਟ ਚਾੜ ਦੂ ਆਪਦਾ ਤੁਸੀਂ ਮੂਹਰੇ ਲੱਗੋ ਹੋਕਾ ਦਿਓ ਸੋ ਇੰਨੀਆਂ ਕੀ ਬੇਨਤੀਆਂ ਸੀਗੀਆਂ ਇਹੀ ਗੱਲ ਮੈਂ ਕਰਨ ਆਇਆ ਸੀ ਮੈਂ ਕੋਈ ਰੋਣਾ ਰੋਣ ਨਹੀਂ ਆ ਰੋਣਾ ਕੌਮ ਦਾ ਇਹ ਰੋਣਾ ਸਾਡੀ ਸਮੁੱਚੀ ਕੌਮ ਦਾ ਗਾ ਸਾਡੇ ਤੇ ਇੱਦਾਂ ਹੀ ਮਾਰ ਪੈਂਦੀ ਰਹੂਗੀ ਅਸੀਂ ਕਹਿਣ ਨੂੰ ਨਵੀਨ ਧਰਮ ਆ ਸਾਡਾ ਸਭ ਤੋਂ ਨਵਾਂ ਧਰਮ ਹੈ ਅਤੇ ਅਸੀਂ ਸਾਡੇ ਹਾਲਤ ਕੀ ਹੈ ਵੀ ਅਸੀਂ ਇੱਕ ਪਾਸੇ ਸਾਡੇ ਮੂਹਰੇ ਰਾਈਫਲ ਵਾਲੇ ਹਾਂ ਅਤੇ ਅਸੀਂ ਟੰਬਿਆਂ ਨਾਲ ਲੜ ਰਹੇ ਹਾਂ ਕੋਈ ਮੋਬਾਈਲ ਚੱਕੀ ਫਿਰਦਾ ਸਾਡਾ ਪੱਤਰਕਾਰ ਕੋਈ ਕਾਸੇ ਦਾ ਕਿਸੇ ਕੋਲ ਕੀ ਸਾਧਨ ਹੈ ਜਿਹੜਾ ਪੰਥ ਦੀ ਗੱਲ ਕਰਦਾ ਉਹਦੇ ਕੋਲ ਤਾਂ ਸਾਧਨ ਹੀ ਨਹੀਂ ਹੈ ਕੋਈ ਉਹ ਤਾਂ ਵੀ ਤੁਰੇ ਫਿਰਦੇ ਆ ਵਿਚਾਰੇ ਧੱਕੇ ਖਾਂਦੇ ਸੋ ਉਹ ਗੱਲ ਇਹ ਹੈ ਵੀ ਸਾਨੂੰ ਉਸ ਤਰ੍ਹਾਂ ਦਾ ਸਾਡੇ ਕੋਲ ਮਤਲਬ ਯਾਰ ਸਾਰਿਆਂ ਦੇ ਚੈਨਲ ਚੱਲੀ ਜਾਂਦਾ ਸਰਸੇ ਵਾਲਾ ਤਿੰਨ ਅਖਬਾਰ ਕੱਢਦਾ ਇੱਕ ਪੰਜਾਬੀ ਦਾ ਇੱਕ ਹਿੰਦੀ ਦਾ ਇੱਕ ਅੰਗਰੇਜ਼ੀ ਦਾ ਸਾਰੇ ਸਾਰਿਆਂ ਦੇ ਚੈਨਲ ਚੱਲਦੇ ਆ ਸਾਡੀ ਐਡੀ ਵੱਡੀ ਕੌਮ ਹੈ ਅਸੀਂ ਇੱਕ ਆਪਣਾ ਅਦਾਰਾ ਨਹੀਂ ਖੜਾ ਕਰ ਸਕਦੇ ਸੋ ਇੰਨੀਆਂ ਕੀ ਗੱਲਾਂ ਨੇ ਬਾਕੀ ਵੱਧ ਘੱਟ ਬੋਲਿਆ ਗਿਆ ਹੋਵੇ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ